ਸੋ ਫਸਟ ਆਫ ਆਲ 14 ਅਗਸਤ ਕੱਲ੍ਹ ਗੁਜ਼ਰੀ ਹੈ, ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ, ਲੈਂਦੇ ਰਹੇ ਸਾਰਿਆਂ, ਬੜਾ ਸੈਲੀਬ੍ਰੇਟ ਕੀਤਾ। ਅਤੇ ਅੱਜ ਹੀ ਫਿਰ ਸਵਾਲਾਤ ਤੁਹਾਡੇ ਸ਼ੁਰੂ ਕਰਨੇ ਆ, ਸਵਾਲਾਤ ਜਵਾਬਾਤ ਤੁਸੀਂ ਜਿਹੜੇ ਪੁੱਛਣਾ ਚਾਹੁੰਦੇ ਹੋ। ਬਿਲਾਲ ਸਾਹਿਬ ਇਹ ਕਲੀਅਰ ਕਰਿਓ, ਕਾਫੀ ਲੋਕਾਂ ਨੂੰ ਟੈਨਸ਼ਨ ਹੈ, ਯੂਟਿਊਬ ਸੇ ਕਿਤਨਾ ਪੈਸੇ ਕਮਾਤੇ ਹੈ? ਯੂਟਿਊਬ ਤੋਂ V8 ਵੀ ਲੈ ਲਈ ਉਹਦੇ ਤੋਂ, ਰੋਕੋ ਵੀ ਉਹਦੇ ਲਿਆ, ਸਾਰਾ ਕੁਝ ਉਹਦੇ ਤੇ ਨਿਜ਼ਾਮ ਚੱਲ। T1 ਬਿਲਾਲ ਭਾਈ, ਆਪ ਯੂਟਿਊਬ ਕੋ ਜ਼ਿਆਦਾ ਟਾਈਮ ਕਿਉਂ ਨਹੀਂ ਦੇਤੇ? ਮੁਦੱਸਰ ਟੈਲ ਮੀ, ਮੁਦੱਸਰ ਸਾਹਿਬ ਨੇ, ਮੁਦੱਸਰ ਇਕਾਸੀ, ਮੁਦੱਸਰ ਇਕਾਸੀ ਕਿਡਗੀ ਨਾ, ਵਾਈ ਐਂਡ ਵੈਨ ਯੂ ਸਟਾਰਟ ਸਮੋਕਿੰਗ? ਸ਼ਾਜ਼ੇਬ ਜੱਟ, ਆਪ ਕੀ ਜ਼ਮੀਨ ਕੀ ਭੂਮੀ? ਸ਼ਾਜ਼ੇਬ ਜੱਟ, ਲੋਕ ਪੁੱਛਦੇ ਨੇ ਨਵੰਬਰ ਵਿੱਚ ਕੀ ਹੈ? ਠੰਡ, ਸਰਪ੍ਰਾਈਜ਼, ਮੈਂ ਦੱਸਣਾ? ਨਹੀਂ 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 ਨਹੀਂ, ਰਿਵੀਲ ਨਹੀਂ ਕਰਨਾ ਇਸ ਤਰ੍ਹਾਂ, ਨਹੀਂ ਨਹੀਂ, ਥੋੜਾ ਜਿਹਾ ਦੱਸਣਾ ਚਾਹੀਦਾ ਕਿ ਲੋਕ ਬਹੁਤ ਗਲਤ ਗੈਸ ਲਾ ਰਹੇ ਨੇ। ਅਸਲਾਮੁ ਅਲੈਕੁਮ ਜੀ, ਮੈਂ ਬਿਲਾਲ ਮਾਰਤ, ਉਮੀਦ ਕਰਨੇ ਆ ਸਾਰੇ ਠੀਕ ਹੋਵਾਂਗੇ। ਅੱਜ ਹੀ ਫਿਰ ਹਾਜ਼ਰ ਹੋ ਗਏ ਹਾਂ, ਨਵਾਂ ਕੀ ਆਉਂਦੇ ਨੇ ਵਲੌਗ ਲੈ ਕੇ, ਅਤੇ ਉਮੀਦ ਕਰਨੇ ਆ ਸਾਰੇ ਠੀਕ ਠਾਕ ਹੋਵਣਗੇ, ਫੈਮਿਲੀਜ਼ ਔਰ ਜਿਹੜੇ ਸਿਰੇ ਸਾਨੂੰ ਵਹਿੰਦੇ ਨੇ, ਤੁਹਾਡੇ ਸਭ ਦਾ ਸ਼ੁਕਰੀਆ। ਅੱਜ ਫਿਰ ਅਸੀਂ ਆ ਗਏ ਹਾਂ, ਹੁਣ ਥੋੜ੍ਹਾ ਜਿਹਾ ਅਸੀਂ ਅੱਜ ਨਾਲੇ ਵਾਕ ਕਰ ਰਹੇ ਸਾਂ, ਅਤੇ ਅਲੀ ਕਾਫੀ ਦਿਨ ਤੋਂ ਕਹਿ ਰਿਹਾ ਸੀ ਉਹ ਕਿਉਂ ਇੰਨੇ ਦਿਨ ਹੀ ਬਣਾਇਆ ਤੁਸੀਂ ਵਲੌਗ, ਉਹ ਕਾਫੀ ਲੋਕ ਕਮੈਂਟ ਕਰ ਰਹੇ ਨੇ ਸਾਰਾ ਕੁਛ, ਅਤੇ ਮੈਂ ਕਿਹਾ ਜੀ ਬਣਾ ਲੈਂਦੇ ਹਾਂ, ਅੱਜ ਅਸੀਂ ਥੋੜ੍ਹਾ ਫਾਰਿਗ ਸਾਂ। ਸੋ ਫਸਟ ਆਫ ਆਲ 14 ਅਗਸਤ ਕੱਲ੍ਹ ਗੁਜ਼ਰੀ ਹੈ, ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ, ਮੈਂ ਲੈਂਦੇ ਰਹੇ ਸਾਰਿਆਂ, ਬੜਾ ਸੈਲੀਬ੍ਰੇਟ ਕੀਤਾ, ਅਤੇ ਇਨਸ਼ਾਅੱਲਾ ਅੱਲਾਹ ਕੀ ਆਉਂਦੇ ਨੇ ਕਾਇਮ ਉਹ ਦਾਇਮ ਰੱਖੇ ਸਾਡੇ ਮੁਲਕ ਨੂੰ, ਇਹਦੇ ਨਾਲ ਹੀ ਪਾਰਾਂ ਨੇ, ਜੋ ਮਰਜ਼ੀ ਜਿੱਥੇ ਮਰਜ਼ੀ ਤੁਰ ਜਾਈਏ, ਪਾਕਿਸਤਾਨ ਪਾਕਿਸਤਾਨ ਹੈ, ਅਤੇ ਆ ਜੋ ਨਾਲੇ ਮੁੰਡਿਆਂ ਨੂੰ ਵੀ ਬੁਲਾਉਂਦੇ ਹਾਂ, ਨਾਲੇ ਫਿਰ ਉੜੀ ਉੜੀ ਸ਼ੁਰੂ ਕਰਨੇ ਹਾਂ। ਡੱਠੀ ਨਾ ਉਤਲੇ, ਡੱਠੀ ਨਾ ਬੜੀ ਸਪੈਸ਼ਲ ਗੁੱਡ ਡਾਇਟ, ਸਮਝ ਤੋਂ ਬਾਹਰ ਕੋਈ ਸ਼ੈ ਨਹੀਂ ਖਾਂਦੇ, ਮੈਂ ਤੈਨੂੰ ਆਖਿਆ ਖਾਵਿਆ ਪੀਵਿਆ ਕਰ, ਕੱਖ ਨੂੰ ਰਹਿਣਾ, ਇੱਥੇ ਸਾਰਾ ਕੁਛ ਛੱਡ ਜਾਣਾ। ਅਤੇ ਅੱਜ ਹੀ ਫਿਰ ਸਵਾਲਾਤ ਤੁਹਾਡੇ ਸ਼ੁਰੂ ਕਰਨੇ ਆ, ਸਵਾਲਾਤ ਜਵਾਬਾਤ ਤੁਸੀਂ ਜਿਹੜੇ ਪੁੱਛਣਾ ਚਾਹੁੰਦੇ ਹੋ, ਅਤੇ ਉਹਦਾ ਹੁਣ ਕੌਣ ਕਿਤੇ ਕੋਲ ਨੇ ਜੀ? ਮੇਰੇ ਕੋਲ ਨੇ, ਉਹ ਕੰਮ ਕਰੋ ਜੀ, ਆਉਣ ਦਿਓ, ਪਹਿਲਾਂ ਆਉਣ ਦਿਓ, ਬਿਲਾਲ ਸਾਹਿਬ ਵਾਲੀ ਸਭ ਕਰੋ। ਅੱਛਾ, ਮੁਦੱਸਰ 81 ਬਿਲਾਲ ਭਾਈ, ਆਪ ਯੂਟਿਊਬ ਕੋ ਜ਼ਿਆਦਾ ਟਾਈਮ ਕਿਉਂ ਨਹੀਂ ਦੇਤੇ? ਮੁਦੱਸਰ ਟੈਲ ਮੀ, ਮੁਦੱਸਰ ਸਾਹਿਬ ਨੇ, ਮੁਦੱਸਰ ਇਕਾਸੀ, ਮੁਦੱਸਰ ਇਕਾਸੀ ਸਾਹਿਬ ਕਹਿ ਰਹੇ ਨੇ ਕਿ ਯੂਟਿਊਬ ਨੂੰ ਟਾਈਮ ਕਿਉਂ ਨਹੀਂ ਦਿੰਦੇ? ਯਾਰ ਯੂਟਿਊਬ 'ਤੇ ਟਾਈਮ ਕੀ ਦੇਣਾ, ਅਸੀਂ ਇੱਕ ਐਡਾ ਪ੍ਰੋਫੈਸ਼ਨਲ ਵੀ ਕੋਈ ਨਹੀਂ, ਜਦੋਂ ਯੂਟਿਊਬ 'ਤੇ ਬਣਾਉਂਦੇ ਹੀ ਉਦੋਂ ਵਲੌਗ ਆ, ਜਦੋਂ ਸਾਰੇ ਇਕੱਠੇ ਹੋ ਜਾਈਏ, ਇਕੱਲਿਆਂ ਨਹੀਂ ਬਣ ਸਕਦਾ, ਨਾਲੇ ਯੂਟਿਊਬ ਹੌਲੀ ਹੌਲੀ ਫਿਰ ਇਨਸ਼ਾਅੱਲਾ ਹੋ ਜਾਏਗਾ ਜੀ, ਇਹਦੇ 'ਤੇ ਬੜੀਆਂ ਚੀਜ਼ਾਂ ਹੈ ਨੇ ਕਿ ਜਿਹੜੀਆਂ ਅਸੀਂ ਨਹੀਂ ਕਰਦੇ, ਪਤਾ ਵੀ ਨਹੀਂ, ਨਾਲੇ ਫਿਰ ਤੁਹਾਡੇ ਸਾਹਮਣੇ ਜੋ ਕੁਝ ਹੈ, ਜੋ ਕਰੀਦਾ ਵਹਾ ਛੜੀਦਾ, ਔਰ ਉਹਦੇ ਵਿੱਚ ਕੋਈ ਐਸੀ ਕੋਈ ਨਹੀਂ ਸ਼ਾਇਦ ਜਿਹੜੀ ਤੁਹਾਡੇ ਤੋਂ ਰਹਿ ਗਈ, ਛੁੱਪ ਗਈ, ਇਹ ਯੂਟਿਊਬ ਨੇ ਇੰਝ ਕਰ ਛੱਡਿਆ, ਤੁਹਾਨੂੰ ਸਾਰਾ ਕੁਝ ਪਤਾ ਹੁਣ, ਹੋਰ ਉਹਦੇ ਵਿੱਚ ਕੀ ਰਹਿ ਗਿਆ? ਅੱਛਾ ਜੀ, ਸੈਕਿੰਡ ਲਿਆਓ ਜੀ। ਜੀ ਰਾਣਾ ਅਬੂ ਬਕਰ ਕਹਿੰਦੇ, ਆਜ਼ਮ ਮਾਰਤ ਸਾਹਿਬ ਕਿੱਧਰ ਨੇ? ਅੱਛਾ, ਰਾਣਾ ਸਾਹਿਬ ਕੀ ਅਬੂ ਬਕਰ? ਜੀ ਅਬੂ ਬਕਰ, ਅਬੂ ਬਕਰ ਸਾਹਿਬ, ਆਜ਼ਮ ਸਾਹਿਬ ਇੱਥੇ ਹੀ ਨੇ, ਆਜ਼ਮ ਸਾਹਿਬ ਅੱਜ ਕੱਲ੍ਹ ਤੁਹਾਡੇ ਮਸਰੂਫ ਨੇ, ਕੰਮ ਸ਼ੰਮ ਵਿੱਚ ਆਉਂਦੇ ਰਹਿੰਦੇ ਨੇ, ਬਾਕੀ ਇਨਸ਼ਾਅੱਲਾ ਹੁਣ ਪਾਕਿਸਤਾਨ ਇਕੱਠੇ ਹੋਵਾਂਗੇ, ਅਤੇ ਫਿਰ ਆਜ਼ਮ ਸਾਹਿਬ ਵੀ ਸਾਰੇ ਇੱਥੇ ਇਕੱਠੇ ਹੋਵਾਂਗੇ, ਕਿਉਂ ਇੱਥੇ ਥੋੜ੍ਹਾ ਜਿਹਾ ਕੰਮ ਸ਼ੰਮ ਅਤੇ ਮਸਲੇ ਮਸਾਇਲ ਹੁੰਦੇ ਨੇ, ਫਿਰ ਉਹ ਥੋੜ੍ਹਾ ਅੱਜ ਕੱਲ੍ਹ ਬਿਜ਼ੀ ਨੇ ਕੰਮ ਵਾਸਤੇ, ਤਾਂ ਵਾਸਤੇ। ਅਸਨਾਨ, ਤੇਰੇ ਤੇ ਮਾਸੂਮੀਅਤ ਇੰਨੀ ਅੱਛੀ ਨਹੀਂ ਲੱਗਦੀ, ਕੀ ਸੀ ਇਹ ਸੋਇਆ? ਪਾਣੀ 'ਚ ਕੀ ਹੈ?
ਅੱਛਾ ਜੀ ਥਰਡ ਕੁਐਸਚਨ ਆ ਜੀ ਸਿਗਰਟ ਜੀ ਮੈਂ ਦੱਸਣਾ ਤੁਹਾਨੂੰ ਉਹਨੇ ਵੀ ਕਹਾਣੀ ਮੇਰੀ ਫੈਮਿਲੀ 'ਚ ਕੋਈ ਹੈ ਜਿੰਨੇ ਕਜ਼ਨ ਨੇ ਕੋਈ ਬੰਦਾ ਕੋਈ ਸਿਗਰਟ ਨਹੀਂ ਪੀਂਦਾ ਮੈਂ ਇਕੱਲੇ ਪੀਂਦਾ ਮੈਂ ਉਸ ਟਾਈਮ ਹੁਣਾਂ ਕੋਲ 13-14 ਸਾਲ ਦਾ ਸੀ ਮੇਰੇ ਹੱਥ ਦੀ ਨਹੀਂ ਛੋਟੇ ਸਾਲ ਇਹ ਹੋਣਾ 12-13 ਸਾਲ ਅਤੇ ਪਾਕਿਸਤਾਨ ਹੋਈਦਾ ਸੀ ਅਤੇ ਉੱਥੇ ਕੋਈ ਯਾਰ ਦੋਸਤ ਇੱਕ ਦੋ ਪੀਂਦੇ ਸਨ ਸਹੀ ਗੱਲ ਤੁਹਾਨੂੰ ਦੱਸਾਂ ਵਿਰਕ ਪੀਂਦਾ ਸੀ ਅਤੇ ਉਹਦੇ ਕੋਲ ਲੈ ਕੇ ਮੈਂ ਪੀਂਦਾ ਗਾ ਹਾਂ ਫਿਰ ਉਦੋਂ ਤੋਂ ਸ਼ੁਰੂ ਹੋਏ ਲਾਨਤ ਐਸੀ ਪਈ ਹੈ ਨਾ ਮੇਰੇ ਕੋਲ ਚੜੀਂਦੀ ਹੈ ਸਾਰੇ ਮੈਨੂੰ ਜਿਹੜਾ ਨਾ ਬਿਸਤਰੀ ਬੜਾ ਕਰਦੇ ਨੇ ਅਤੇ ਇਨਸ਼ਾਲਾ ਕੋਸ਼ਿਸ਼ ਕਰ ਰਿਹਾ ਛੱਡ ਦਿਆਂ ਬਾਕੀ ਇਹਦਾ ਕੋਈ ਹਾਲਾਤ ਨਹੀਂ ਮੈਂ ਜਿੱਥੇ ਕਿਤੇ ਬੈਠਿਆ ਹੋਵਾਂ ਮੈਂ ਲੈਦਾ ਬਾਹਰ ਜਾ ਕੇ ਸਿਗਰਟ ਪੀਣਾ ਪੈਂਦਾ ਗੱਡੀ 'ਚ ਨਹੀਂ ਪੀ ਸਕਦੇ ਇਨਸ਼ਾਲਾ ਛੱਡ ਛੱਡਣੇ ਕੋਈ ਨਹੀਂ ਏਡਾ ਕੰਮ ਇਨਸ਼ਾਲਾ ਬਿਲਾਲ ਭਾਈ ਮੇਰਾ ਨਾਮ ਲੈ ਮੁੰਡੇ ਸਾਰੇ ਕਰਦੇ ਹੋ ਮੁਜਤਬਾ ਗੁੰਦਲ ਸਾਹਿਬ ਇਹਨਾਂ ਨੂੰ ਨਾ ਕੀ ਕਰਨਾ ਇਹਨਾਂ ਨੂੰ ਥੈਂਕ ਯੂ ਸ਼ਾਊਟ ਆਊਟ ਅਗਲਾ ਕੁਐਸਚਨ ਜਿਹੜਾ ਨਾ ਸ਼ਾਊਟ ਆਊਟ ਉਹ ਥੋੜਾ ਨਾ ਕਲੀਅਰ ਕਰੋ ਸ਼ਾਊਟ ਆਊਟ ਹੋ ਗਿਆ ਜੀ ਮੁਸ਼ਤਬਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਹਾਂਜੀ ਹੁਣ ਜੀ ਸੁਲਤਾਨ ਸਾਹਿਬ ਪੰਜਵਾਂ ਸਵਾਲ ਦੱਸੋ ਜੀ ਬਿਲਾਲ ਸਾਹਿਬ ਇਹ ਕਲੀਅਰ ਕਰਿਓ ਕਾਫੀ ਲੋਕਾਂ ਨੂੰ ਟੈਨਸ਼ਨ ਹੈ ਯੂਟਿਊਬ ਸੇ ਕਿਤਨਾ ਪੈਸੇ ਕਮਾਤੇ ਹੈ ਯੂਟਿਊਬ ਤੋਂ B8 ਵੀ ਲੈ ਲਈ ਉਹਦੇ ਤੋਂ ਰੋਕੋ ਵੀ ਉਹਦੇ ਲਿਆ ਸਾਰਾ ਕੁਝ ਉਹਦੇ ਦੀ ਨਿਜ਼ਾਮ ਚੱਲ ਰਿਹਾ ਮੈਂ ਇਧਰਾਂ ਤੁਹਾਨੂੰ ਸੀਰੀਅਸ ਗੱਲ ਦੱਸਾਂ ਅੱਜ ਕੱਲ੍ਹ ਦੁਨੀਆ ਹੋਈ ਹੈ ਚੱਲੀ ਜੀ ਹੁਣ ਵਾਹ ਨੂੰ ਬੜਾ ਪਤਾ ਹੈ ਮੈਨੂੰ ਵੀ ਬੰਦੇ ਬੜੇ ਪੁੱਛਦੇ ਰਹਿੰਦੇ ਨੇ ਵਾਹ ਕਿੰਨੇ ਕਮਾ ਲੈਂਦੇ ਆ ਕੀ ਹਿਸਾਬ ਹੈ ਪਹਿਲੀ ਗੱਲ ਤਾਂ ਇਹ ਕਿ ਮੈਂ ਇਹ ਬਿਲਕੁਲ ਇਨਕਾਰ ਨਹੀਂ ਕਰਦਾ ਕਿ ਪੈਸੇ ਆਉਂਦੇ ਨਹੀਂ ਆਉਂਦੇ ਨੇ ਪੈਸੇ ਲਾਜ਼ਮੀ ਗੱਲ ਆਉਂਦੇ ਨੇ ਪਰ ਮੈਨੂੰ ਇਸ ਚੀਜ਼ ਦਾ ਜਦੋਂ ਯੂਟਿਊਬ ਜਾਂ ਸੋਸ਼ਲ ਮੀਡੀਆ 'ਤੇ ਕੋਈ ਐਪ ਬਣਾਈ ਹੈ ਮੇਰੇ 'ਤੇ 10 ਰੁਪਏ ਵੀ ਆਰਾਮ ਨੇ ਜੇ ਕੋਈ ਮੈਂ ਲੈ ਆਉਂ ਨਾ ਮੈਨੂੰ ਪਤਾ ਇਹਦਾ ਆਉਂਦਾ ਕਿੰਨਾ ਕੀ ਹਿਸਾਬ ਹੈ ਇਹ ਸਵਾਲ ਕਿਸੇ ਦਿਨ ਅਲੀ ਨੂੰ ਪੁੱਛ ਕੇ ਤੁਹਾਨੂੰ ਦੱਸ ਸਕਾਂਗੇ ਕਿ ਕਿੰਨੇ ਕੁ ਪੈਸੇ ਆਉਂਦੇ ਨੇ ਜੋ ਕੁਝ ਆਉਂਦਾ ਉਹ ਅਲੀ ਨੂੰ ਹੀ ਪਤਾ ਅਤੇ ਅਲੀ ਵਾਸਤੇ ਹੀ ਮੈਨੂੰ ਕੋਈ ਇਸ ਚੀਜ਼ ਨਾਲ ਨਹੀਂ ਹੈ ਮੈਨੂੰ ਮੈਂ ਤੁਸੀਂ ਦੇ ਸਾਰਿਆਂ ਨੇ ਜਿੱਥੋਂ ਅੱਲਾ ਦਿੰਦਾ ਪਿਆ ਕੰਮ ਕਰਨਾ ਵੀ ਉਹ ਹੀ ਦਿੰਦਾ ਰਹੇ ਬਾਕੀ ਇਹ ਵੀ ਚੀਜ਼ ਨਾਲ ਇਨਸ਼ਾਲਾ ਅਲੀ ਨੂੰ ਪੁੱਛ ਕੇ ਤੁਹਾਨੂੰ ਇਹ ਦੱਸਾਂਗੇ ਕਿ ਇਹਦੀ ਕੀ ਇਹਦਾ ਵੀ ਅੱਛਾ ਜੀ ਸ਼ਾਜ਼ੇਬ ਜੱਟ ਆਪਕੀ ਜ਼ਮੀਨ ਕਿੱਥੋਂ ਹੈ ਸ਼ਾਜ਼ੇਬ ਜੱਟ ਜ਼ਮੀਨ ਯਾਰ ਸਾਡੀ ਕਾਫੀ ਸਾਡੀ ਜ਼ਮੀਨ ਨੇ ਜਿੱਥੇ ਅਸੀਂ ਰਹਿੰਦੇ ਹਾਂ ਪਿੰਡ ਉੱਥੇ ਵੀ ਹੈ ਉੱਥੇ ਦੇਣੀ ਜ਼ਿਆਦਾ ਨਹੀਂ ਹੈ ਜਿੱਥੇ ਅਸੀਂ ਪਿੰਡ ਰਹਿੰਦੇ ਹਾਂ ਉੱਥੇ ਹੁਣ ਇਹ ਸੋਚਣਾ ਪੈਣਾ ਹੁਣ ਕਿੰਨੀ ਹੈ ਮੈਨੂੰ ਕਿਉਂ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਆਵੇ ਅਤੇ ਜੰਗਲ ਸਾਡੀ ਜ਼ਮੀਨ ਹੈ ਕਾਫੀ ਅਤੇ ਇਹ ਵੀ ਤੁਹਾਨੂੰ ਕਲੀਅਰ ਕਰਕੇ ਨਾ ਟੋਟਲ ਏਕੜ ਕਰਕੇ ਅਤੇ ਫਿਰ ਤੁਹਾਨੂੰ ਵੀ ਦੱਸ ਦਿਆਂ ਅੱਛਾ ਜੀ ਅਸੀਂ ਨਾਲ ਨਾਲ ਕਰ ਰਹੇ ਹਾਂ ਵਾਕ ਵੀ ਨਹਿਰ ਦੇ ਪਿੱਛੇ ਅਤੇ ਨਾਲ ਨਾਲ ਤੁਹਾਡੇ ਚੀਕ ਆਓ ਜੀ ਅੱਗੂ ਨਵਾਂ ਲਿਆਓ ਜੀ ਸਵਾਲ ਸੁਲਤਾਨ ਸਾਹਿਬ ਸਹੀ ਸਵਾਲ ਤੁਹਾਡਾ ਵਲੌਗਿੰਗ ਦਾ ਸ਼ੌਕ ਕੋਈ ਨਹੀਂ ਏਡਾ ਇਹ ਵੀ ਕੋਈ ਨਹੀਂ ਸ਼ੌਕ ਕੋਈ ਨਹੀਂ ਅਸਲ ਇਹ ਜਦੋਂ ਟਿਕਟੋਕ ਪਹਿਲਾਂ ਹੀ ਬਣਾਉਂਦੇ ਸਾਂ ਫਿਰ ਅਲੀ ਆਇਆ ਅਲੀ ਇੱਕ ਦਿਨ ਪਿੰਡ ਹੀ ਸਾਂ ਚਲੀ ਜਾਂਦਾ ਵਲੌਗ ਸ਼ੁਰੂ 'ਚ ਸਮ ਕੀਤਾ ਸੀ ਇੱਕ ਤੋਂ ਹੀ ਕੀਤਾ ਸੀ ਬਾਈ ਇੱਕ ਹੀ ਸਿਰਫ ਬਣਾਉਣਾ ਕਿ ਆਪਣੇ ਬਾਰੇ ਦੱਸੋ ਅਤੇ ਲੋਕ ਕਾਫੀ ਪੁੱਛਦੇ ਨੇ ਜੀ ਉਹ ਟਿਕਟੋਕ ਤੋਂ ਉਸ ਟਾਈਮ ਐਡੀ ਲੰਮੀ ਵੀਡੀਓ ਨਹੀਂ ਸੀ ਬਣ ਸਕਦੀ ਅਤੇ ਫਿਰ ਅਲੀ ਨੇ ਇਹ ਸ਼ੁਰੂ ਕੀਤਾ ਸੀ ਵਲੌਗ ਦਾ ਨਾ ਕਿ ਚਲੋ ਇਹ ਕਰਨੇ ਆ ਉਹ ਫਿਰ ਤੁਸੀਂ ਸਾਰੇ ਇੰਨਾ ਪਿਆਰ ਦਿੱਤਾ ਫਿਰ ਅਲੀ ਨਾਲ ਹੁੰਦਾ ਸੀ ਉਸ ਟਾਈਮ
ਤੇ ਉਹ ਫਿਰ ਸ਼ੁਗਲ ਸ਼ੁਗਲ ਵਿੱਚ ਅਸੀਂ ਜਿਹੜਾ ਨਾ ਇਹ ਵਲੌਗ ਸ਼ੁਰੂ ਕਰ ਲਿਆ। ਬਾਕੀ ਕੁਝ ਬੰਦੇ ਸਾਨੂੰ ਆਉਂਦੇ ਨੇ ਨਹੀਂ ਬਣਾਉਣੇ ਚਾਹੀਦੇ, ਕੁਝ ਆਉਂਦੇ ਬਣਾਉਣਾ ਚਾਹੀਦਾ, ਬਾਕੀ ਅਸੀਂ ਫਿਰ ਜੋ ਸਾਨੂੰ ਠੀਕ ਲੱਗਦਾ ਸੀ ਉਹ ਕਰਨੇ ਆ। ਬੰਦਿਆਂ ਦੀ ਸਾਡੀ ਡਿਟੇਲ ਸੁਣੀ ਜਿਹੜੇ ਆਉਂਦੇ ਨਾ ਨਹੀਂ ਬਣਾਉਣੇ ਚਾਹੀਦਾ, ਸਹੀ ਸਾਰਾ ਵਲੌਗ ਵੇਂਦੇ ਵੀ ਹੋਈ ਨੇ, ਸਹੀ ਧਿਆਨ ਨਾਲ ਵੇਂਦੇ ਨੇ, ਕਈ ਬੰਦੇ ਕੀ ਦੇ ਕਰਦੇ ਹੁੰਦੇ ਲੋਕਾਂ ਸਾ ਆਉਂਦੇ ਨੇ, ਬਟ ਸਾਨੂੰ ਜੋ ਠੀਕ ਲੱਗਦਾ ਅਸੀਂ ਉਹ ਕਰਨੇ ਆ, ਬਾਕੀ ਜੋ ਮਰਜ਼ੀ ਕੋਈ ਆਉਂਦਾ ਰਹੇ। ਆਓ ਜੀ ਅੱਗੋਂ ਨਵਾਂ ਸਵਾਲ ਲਿਆਓ ਜੀ। ਵਾਟ ਇਜ਼ ਯੂਰ ਬਿਜ਼ਨਸ ਇਨ ਫਰਾਂਸ? ਹਾਏ ਹਾਏ ਬਿਜ਼ਨਸ ਕੀ ਵਾਰੀ ਦਾ ਯਾਰ, ਬਿਜ਼ਨਸ ਸਾਡਾ ਜਿਹੜਾ ਉਹ ਤੇ ਵਲੌਗ ਪੂਰਾ ਹੈ ਵੀ ਹੈ ਨਾ, ਉਹ ਲਿੰਕ ਵਿੱਚ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿਓ ਨਾ। ਆ ਜਾਓ ਇੱਥੇ ਆ ਜਾ, ਵਲੌਗ ਇਹਦੇ ਚ ਪ੍ਰੋਪਰ ਇੱਕ ਪੂਰਾ ਵਲੌਗ ਬਣਿਆ ਹੈ, ਕੰਮ ਵਾਲਾ ਪੂਰਾ ਵਲੌਗ ਬਣਿਆ, ਬਟ ਫਿਰ ਤੁਹਾਨੂੰ ਇੱਥੇ ਵੀ ਦੱਸ ਸਕਦੇ ਹਾਂ ਅਸੀਂ ਕਿਸ ਰੰਗ ਦਾ ਕੰਮ ਕਰ ਰਹੇ ਹਾਂ, ਕੰਸਟਰਕਸ਼ਨ ਦਾ, ਅੰਦਰ ਦਾ, ਇੰਟੀਰੀਅਰ ਦਾ ਸਾਰਾ। ਜੀ ਸੁਲਤਾਨ ਸਾਹਿਬ ਲਿਆਓ ਜੀ ਅਗਲਾ ਸਵਾਲ, ਆਦ ਲਿਆਓ। ਪਾਕਿਸਤਾਨ ਵਾਪਸ ਕਬ ਜਾਣਾ ਹੈ? ਪਾਕਿਸਤਾਨ ਮੇਰਾ ਵੱਸ ਹੋਵੇ ਤੇ ਮੈਂ ਨਾ ਯਾਰ ਇਹ ਸਵਾਲ ਨਾ ਪੁੱਛਿਆ ਕਰੋ, ਤੁਹਾਡੀ ਮਿਹਰਬਾਨੀ ਨੂੰ ਟਿਕਣ ਦਿਆ ਕਰੋ, ਵਿਚਾਰ ਦੇ ਨਹੀਂ ਗੱਲ ਟੁਰ ਜਾ, ਬਾਕੀ ਫਿਲਹਾਲ ਇੱਥੇ ਹੀ ਆ ਜੀ, ਕੰਮ ਮਹੀਨਾ ਦੋ ਕਰਨੇ ਆ, ਮਹੀਨੇ ਡੇਢ ਤੱਕ ਡੇਢ ਦੋ। ਯਾਰ ਸਭ ਤੋਂ ਵੱਡਾ ਇੱਕ ਕਸਮ ਜਿਹੜਾ ਮੈਂ ਵੇਖਿਆ ਨਾ, ਲੋਕ ਪੁੱਛਦੇ ਨੇ ਨਵੰਬਰ ਵਿੱਚ ਕੀ ਹੈ, ਠੰਡ ਸਰਪ੍ਰਾਈਜ਼ ਮੈਂ ਦੱਸਣਾ? ਨਹੀਂ 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 ਰਿਵੀਲ ਨਹੀਂ ਕਰਨਾ ਇਸ ਤਰ੍ਹਾਂ, ਨਹੀਂ ਨਹੀਂ ਥੋੜਾ ਜਿਹਾ ਦੱਸਣਾ ਚਾਹੀਦਾ ਕਿ ਲੋਕ ਬਹੁਤ ਗਲਤ ਗੈਸ ਲਾ ਰਹੇ। ਜਿਹੜਾ ਨਵੰਬਰ ਦਾ ਸ਼ਰੀਫ ਸਾਹਿਬ ਗੱਲ ਕਰ ਰਹੇ ਸਨ ਨਾ, ਨਵੰਬਰ 'ਚ ਕੀ ਹੈ, ਕਾਫੀ ਦੋਸਤ ਪੁੱਛ ਰਹੇ ਨੇ। ਨਵੰਬਰ 'ਚ ਸਾਡੀ ਆਪਣੀ ਤੇ ਕਿਸੇ ਦੀ ਨਹੀਂ ਸ਼ਾਦੀ, ਸਾਡਾ ਇੱਕ ਦੋਸਤ ਹੈ ਉਹਨਾਂ ਦੀ ਸ਼ਾਦੀ ਹੈ, ਤੇ ਉਹਦੇ ਵਾਸਤੇ ਫਿਰ ਅਸੀਂ ਇਨਸ਼ਾਅੱਲਾ ਆਵਾਂਗੇ ਜੀ, ਅਤੇ ਅੱਲਾ ਜ਼ਿੰਦਗੀ ਰੱਖੇ ਅਤੇ ਸਾਰਾ ਪਲਾਨ ਕਰਾਂਗੇ। ਆਓ ਜੀ ਅਗਲਾ ਸਵਾਲ ਲਿਆਓ ਜੀ। ਤਾਲੀਮ ਜਾਰੀ ਹੈ ਸਾਡੀ, ਕੀ ਪੜ ਰਹੇ? ਅਸੀਂ ਲਾਅ ਪੜ ਰਹੇ ਹਾਂ ਤੇ ਇਨਸ਼ਾਅੱਲਾ ਹੁਣ ਬੈਰਿਸਟਰ ਬਣਾ ਦੇ, ਨਹੀਂ ਤੇ ਕੈਮੀਓ ਜ਼ਿੰਦਾਬਾਦ, ਇਹਦੇ ਤੋਂ ਬਚਿਓ। ਉਹ ਯਾਰ ਕਿਧਰ ਆ ਗਈ ਅਲੀ, ਓਏ ਆਏ ਹੋ ਨਾ, ਓਏ ਪੜਾ ਤਵਾ ਹੋ ਜਾ ਦੋਨੀ ਨੇ ਦੋਨੀ। ਅੱਛਾ ਜੀ ਤੇ ਇੰਸਟਾ ਤੇ ਰਿਕੁਐਸਟ ਨਹੀਂ ਐਕਸੈਪਟ ਕਰਦੇ, ਇਹ ਦੱਸਣਾ ਕੋਈ ਜ਼ਰੂਰੀ ਸੀ ਸਵਾਲ ਤੇ ਰਾਜੀ ਇਗਨੋਰ ਕਰੋ, ਕੀ ਹੋ ਗਿਆ ਹੋਰ ਕਰਾਂ ਤੇ ਇਹਨੇ ਜਾਣ ਕੇ ਢੂੰਡ ਕੇ ਵੀ ਮੇਰੇ ਖਿਆਲ ਨਾਲ ਕੱਢਿਆ ਵਾ, ਕਿਉਂ ਨਹੀਂ ਐਕਸੈਪਟ ਕਰਦੇ ਤੁਸੀਂ, ਨਾ ਡਿਲੀਟ ਕਰ ਦਿਓ, ਭੇਜਦੇ ਕਿਉਂ ਤੁਸੀਂ? ਨਹੀਂ ਲੈ ਹੈ ਨਾ ਅਸਲ, ਅਗਰ ਤੂੰ ਐਕਸੈਪਟ ਨਹੀਂ ਕਰਨੀ ਤਾਂ ਕਿਉਂ ਸਟਾਰ ਬਣਾ ਕੀਤੇ? ਅਗਰ ਭਰਾ ਤੁਹਾਡੇ ਵੇਂਦੇ ਨੇ ਤੁਹਾਨੂੰ ਤੇ ਤੁਸੀਂ ਫਾਲੋ ਤੁਹਾਨੂੰ ਵੇਖਣਾ ਚਾਹੁੰਦੇ, ਕਿਸੇ ਭਰਾ ਪੈਸੇ ਮੈਸੇਜ ਕੀਤੇ ਜਾਂ ਭੈਣ ਕੀਤੇ? ਐਕਸੈਪਟ ਭੈਣ ਨੇ ਕੀਤਾ ਯਾਰ, ਜਿਹੜਾ ਵੀ ਭੈਣ ਭਰਾ ਤੈਨੂੰ ਆ ਫਾਇਦਾ ਨਹੀਂ ਨਾ, ਤੇ ਸੋਸ਼ਲ ਮੀਡੀਆ ਤੋਂ ਕਰਾ ਇਜਾਜ਼ਤ ਕੋਈ ਨਹੀਂ, ਐਕਸੈਪਟ ਕਰ ਕੀ ਮਜਵਾਤ ਕੀ ਨੇ ਤੇ ਗੱਲ ਹੈ ਵੀ ਕਿ ਬੰਦਾ ਆਪੀ ਠੀਕ ਹੋਵੇ ਕੁਝ ਵੀ ਨਹੀਂ ਹੁੰਦਾ। ਮੈਂ ਪਹਿਲੀ ਗੱਲ ਇਹ ਬਦਤਮੀਜ਼ ਬੰਦੇ ਨੂੰ ਰੋਕੋ, ਠੀਕ ਹੈ? ਮੇਰੀ ਲਾਈਫ ਮੇਰਾ ਇੰਸਟਾ, ਮੈਂ ਜੋ ਮਰਜ਼ੀ ਕਰਾਂ, ਬੰਦਾ ਖੁਦ ਠੀਕ ਹੋਵੇ ਨਾ ਕੁਝ ਵੀ ਨਹੀਂ ਹੁੰਦਾ, ਜੋ ਮਰਜ਼ੀ ਤੁਹਾਨੂੰ ਫੋਲੋ ਕਰੇ, ਲੋਕਾਂ ਨੇ ਤੁਹਾਨੂੰ ਪਸੰਦ ਕਰਦੇ ਤਾਂ ਤੁਹਾਨੂੰ ਫੋਲੋ ਕਰਦੇ, ਨਹੀਂ ਤੇ ਤੇਰਾ ਕੀ ਇਹਨੂੰ ਫਿਰ ਪਬਲਿਕ ਹੋਣਾ ਚਾਹੀਦਾ ਹਰ ਬੰਦੇ ਨਾਲ ਗੱਲ ਕਰਨੀ ਚਾਹੀਦੀ? ਨਹੀਂ ਗੱਲ ਕਰਨਾ ਨਹੀਂ, ਮੈਂ ਗੱਲ ਕਰਨੀ ਨਹੀਂ, ਗੱਲ ਕਰ ਰਿਹਾ ਮੈਂ, ਕਹਿ ਰਿਹਾ ਕਿ ਤੁਹਾਨੂੰ ਕੋਈ ਬੰਦਾ ਲੋਕ ਫਿਤਨੇ ਵਿੱਚ ਨਾ ਆਉਣ, ਰਿਕੁਐਸਟ ਆਨ ਸੈਂਡ ਕਰ ਦੇ, ਫਰੈਂਡ ਬਣਨਾ ਚਾਹੁੰਦਾ ਤੁਸੀਂ ਐਕਸੈਪਟ ਕਰ ਲਓ, ਤੂੰ ਕਰਨਾ ਐਕਸੈਪਟ ਹੈ, ਤੂੰ ਕਰਨਾ, ਮੈਂ ਐਕਸੈਪਟ ਕਰਨਾ ਮਤਲਬ ਸਿਰਫ ਫੋਟੋਆਂ ਵੇਂਦੇ ਤੇ ਮੈਂ ਨਹੀਂ ਕਰਨਾ ਚਾਹੁੰਦਾ, ਮੇਰਾ ਆਪਣਾ ਓਪੀਨੀਅਨ, ਨਹੀਂ ਨਹੀਂ ਨਾ ਤੂੰ ਕਰਨਾ, ਤੂੰ ਕਰਨਾ, ਮੈਂ ਕਰਨਾ, ਚੱਲ ਕੋਲ ਕੋਲ ਫੋਨ ਕੋਲ ਸਨੈਪ ਕੋਲ ਦੂਜਾ ਕੋਲ ਨਾਲ ਸਾਹ ਇੰਸਟਾਗ੍ਰਾਮ ਕੋਲ, ਨਹੀਂ 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 ਵੇਖ ਲੈਣ ਯਾਰ ਕੀ ਹੋ ਗਈ, ਨਹੀਂ ਨਹੀਂ ਐ ਤੇ ਨਹੀਂ ਨਾ ਲਾਇਆ, ਇਹ ਦੂਜਾ ਅਕਾਊਂਟ ਹੈ ਸਾਡਾ।
ਨਹੀਂ ਕਰਦਾ ਇਹਦੇ ਬੰਦੇ ਐ ਨੇ ਕਾਫੀ ਐ ਐਕਸੈਪਟ ਕਰਨਾ ਮੈਂ ਕਿਸੇ ਭਰਾ ਨੂੰ ਜਾਣ ਨਹੀਂ ਦਿੰਦਾ ਜਿਹੜਾ ਹੀ ਲੈ ਲਾ ਚਲੋ ਉਹਦੀ ਪਾਣੀ ਮੈਂ ਨਾਲੇ ਥੋੜਾ ਪੜਦਾ ਛੱਡਦਾ ਨਹੀਂ ਕਰਿਆ ਕਰੀ ਨਹੀਂ ਪੜਦਾ ਛੱਡਦਾ ਤੇ ਅਸੀਂ ਆਨੇ ਥੋੜਾ ਜਿਹਾ ਉਸ ਪਾਸੇ ਲੱਗਾ ਰਵੇ ਕੋ ਬਣ ਜੇ ਸਾਡੇ ਹਾਰ ਨਾ ਫੇਰੇ ਜੇ ਨਹੀਂ ਨਹੀਂ ਅੱਲਾ ਕਰੇ ਤੁਹਾਡੇ ਹਾਰ ਬਣੀਏ ਪੜਿਆ ਲਿਖਿਆ ਕਰੋ ਯਾਰ ਤੁਸੀਂ ਸਾਰੇ ਪ੍ਰਮੋਟ ਕਰਦੇ ਹੋ ਨਾ ਯਾਰ ਨਹੀਂ ਸਾਦੇਵ ਅੱਛਾ ਚਲੋ ਅੱਗੇ ਸੈਟਲਡ ਹੋ ਗਏ ਨੇ ਲੇਕਿਨ ਇਸਲਾਮ ਸਾਹਿਬ ਸੋਚਾਂ ਦੇ ਮਜ਼ੀਦ ਚਲ ਮੇਰੀ ਗੱਲ ਸਾਰੇ ਭਾਈ ਮੈਨੂੰ ਬਹੁਤ ਪਿਆਰੇ ਨੇ ਤੇ ਅਜ਼ੀਜ਼ ਨੇ ਤੇ ਇੰਸਟਾ ਤੇ ਫੋਲੋ ਬੈਕ ਕਰਨਾ ਨਹੀਂ ਹੁੰਦਾ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਅਰਸਲਾਨ ਸਾਹਿਬ ਦੀ ਬਾਤ ਹੈ ਨਾ ਨਹੀਂ ਕਿ ਚਿਹਰਾ ਕੀ ਆਣਾ ਮਤਲਬ ਹੈ ਦਿਲ ਚ ਪਿਆਰ ਕੋ ਨਹੀਂ 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 ਪਿਆਰ ਹੈ ਮਗਰ ਦਿਖਾਵਾ ਸੋਸ਼ਲ ਮੀਡੀਆ ਤੇ ਨਹੀਂ ਸਾਡੇ ਦਿਲ ਨੂੰ ਨਹੀਂ ਹੁਣ 2024 ਇਹ ਹੁਣ ਦੇਖਣਾ ਸਾਹਿਬ ਆਪਣੀਆਂ ਵਰਤਾਂ ਨਹੀਂ ਕਿ ਮੈਂ ਸੋਸ਼ਲ ਮੀਡੀਆ ਤੇ ਨਹੀਂ ਅੱਛਾ ਚਲੋ ਹਾਂ ਜੀ ਨੈਕਸਟ ਕੁਐਸਚਨ ਲਿਆਓ ਜੀ ਆਪ ਅਗਰ ਫਰਾਂਸ ਨਹੀਂ ਜਾਂਦੇ ਤਾਂ ਪਾਕਿਸਤਾਨ ਵਿੱਚ ਕੀ ਕਰਦੇ ਹੁੰਦੇ ਮੈਂ ਪਾਕਿਸਤਾਨ ਵਾਈ ਕਰਦਾ ਹੁੰਦਾ ਵਾਈਫਾਈ ਜਿਹੜਾ ਸਾਡਾ ਹੈ ਕੰਮ ਉੱਤੇ ਵਾਈਫਾਈ ਟਰੈਕਟਰ ਤੇ ਪਰ ਟਰੈਕਟਰ ਵੀ ਭਜਦੇ ਨੇ ਇਹ ਭਜਾ ਕੇ ਲਿਆਂਦਾ ਹੁੰਦਾ ਸੀ ਗਲੀਆਂ ਚ ਮਹੀਨੇ ਸੀ ਟਰੈਕਟਰ ਆਰਾਮ ਨਾਲ ਚੱਲੇ ਇਹਨਾਂ ਦੀ ਇੰਨੀ ਸਪੀਡ ਨਹੀਂ ਹੁੰਦੀ ਟਰੈਕਟਰ ਵੀ ਇਹਨਾਂ ਦਾ ਨਾ ਤੇਲ ਵਾਲੀ ਹੁੰਦੀ ਸੀ ਟੈਂਕੀ ਆਹ ਉਹ ਤੇ ਲਿਆ ਗਏ ਇੰਜ ਲੱਗਦਾ ਸੀ ਟੈਂਕੀ ਨਹੀਂ ਆਇਆ ਪੈਟਰੋਲ ਪੰਪ ਸੀ ਪੁਰਾਣੇ ਜ਼ਮਾਨੇ ਦਾ ਔਰ ਅਰਸਲਾਨ ਸਾਹਿਬ ਤੁਹਾਨੂੰ ਪਤਾ ਕਿ ਸ਼ਾਜ਼ੇਬ ਨਾ ਹੁੰਦਾ ਤੇ ਕੀ ਕਰਦਾ ਬਾਸਕਟਬਾਲ ਸਾਡੇ ਵੱਲ ਆਵੇ ਤੇ ਓਹਨੂੰ ਨਿਉਂਦਰਾ ਪੈ ਜੇ ਬਸ ਇਹਦੇ ਕੰਮ ਨੇ ਬਸ ਸਿਕਿਉਰਿਟੀ ਵਾਸਤੇ ਰੱਖੇ ਨੇ ਕੁਰੇਸ਼ੀ ਸਾਹਿਬ ਨੇ ਕਿਹਾ ਆਪਣੇ ਨੈਕਸਟ ਕਾਰ ਕੌਣ ਸੀ ਕੁਰੇਸ਼ੀ ਸਾਹਿਬ ਅੱਜ ਕੱਲ੍ਹ ਹਾਲਾਤ ਬਹੁਤ ਡਾਢੇ ਨੇ ਕਾਰਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਲੈਣੀ ਹੈ ਦਿਲ ਹੈ ਹੁਣ ਇਹ ਸੋਚ ਰਹੇ ਹਾਂ ਬਾਕੀ ਅੱਗੇ ਸ਼ੌਕ ਬੜਾ ਸੀ ਹੁਣ ਕੋ ਨਹੀਂ ਐਡਾ ਰਹਿ ਗਿਆ ਹੁਣ ਜਦੋਂ ਵੀ ਆਈ ਰਿਵੀਲ ਹੋਵੇਗੀ ਹੁਣ ਜਦੋਂ ਵੀ ਆਈ ਸਾਡਾ ਕੋ ਨਹੀਂ ਐਡਾ ਲੰਮਾ ਚੌੜਾ ਜਿਵੇਂ ਸਾਡੇ ਕੋ ਗੇਮ ਸਾਡਾ ਦਿਮਾਗ ਹੋ ਜਾਣਾ ਕਿ ਲੈਣੀ ਹੈ ਅਸਾਂ ਜਾ ਕੇ ਲੈ ਆਉਣੀ ਜਿਹੜੀ ਵੀ ਨਜ਼ਰ ਲੱਭ ਗਈ ਪਰ ਦਿਲ ਲਈ ਵੱਡੀ ਲਾਂਦ ਹੈ 4x4 ਵੱਡੀ ਕੋਈ ਲੈਕਸਸ ਜਾਂ ਲੈਂਡ ਕਰੂਜ਼ਰ ਪਰ ਅੱਗੂ ਆਓ ਜੀ ਆਪਣੀ ਸਟ੍ਰਗਲ ਸਟੋਰੀ ਬਤਾਏ ਇਹ ਤਾਂ ਪੂਰਾ ਵਲੌਗ ਬਣਾਉਣਾ ਪੜੇਗਾ ਨੈਕਸਟ ਹੁਣ ਚੱਲਿਆ ਵਾਪਿਸ ਵਾਕ ਹੋ ਗਈ ਬੜੀ ਬੈਠੇ ਸਾਂ ਹੁਣ ਕਾਰ ਜਾਂਦੇ ਹਾਂ ਅਤੇ ਫਿਰ ਨਾਲ ਨਾਲ ਤੁਹਾਨੂੰ ਅਪਡੇਟ ਕਰਦੇ ਹਾਂ ਉਮੀਦ ਤਾਂ ਹੈ ਤੁਹਾਡੇ ਸਾਰੇ ਜਿਹੜੇ ਤੁਸੀਂ ਘੱਲੇ ਸਨ ਸਵਾਲ ਉਹ ਅੱਗੇ ਹੋਣੇ ਨੇ ਜੇ ਕਿਸੇ ਦਾ ਕੋਈ ਰਹਿ ਗਿਆ ਤਾਂ ਮਾਜ਼ਰ ਨੈਕਸਟ ਟਾਈਮ ਬਾਕੀ ਇਨਸ਼ਾਅੱਲਾ ਕਾਰ ਜਾ ਕੇ ਤੁਹਾਨੂੰ ਤੁਹਾਡੇ ਨਾਲ ਮਿਲਣੇ ਹਾਂ ਜੇ ਕਿਸੇ ਦਾ ਕੋਈ ਰਹਿ ਗਿਆ ਤਾਂ ਫਿਰ ਨੈਕਸਟ ਵੀਕ ਇਨਸ਼ਾਅੱਲਾ ਤੁਹਾਨੂੰ ਫਿਰ ਅਪਡੇਟ ਕਰਾਂਗੇ
ਤੇ ਆ ਜੋ ਘਰ ਜਾ ਕੇ ਫਿਰ ਹੁੰਦੀ ਮੁਲਾਕਾਤ। ਜੀ ਵਾਪਸ ਘਰ ਹੁਣ ਪੇੜ ਪੂਜਾ ਕਰਨੇ ਆ ਅਸੀਂ, ਅਤੇ ਤੁਸੀਂ ਆਪਣਾ ਰੱਖੋ ਖਿਆਲ ਅਤੇ ਵਲੌਗ ਤੁਸੀਂ ਉਮੀਦ ਇੰਜੋਏ ਕੀਤਾ ਹੋਣਾ, ਅਤੇ ਇਨਸ਼ਾਅੱਲਾ ਫਿਰ ਤੁਹਾਡੇ ਕੋਲ ਨੈਕਸਟ ਫਿਰ ਕੀ ਆਉਂਦੇ ਨੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਕੋਲ ਲੈ ਕੇ ਕਿਤੇ। ਤਦ ਤੱਕ ਵਾਸਤੇ ਸਮਝੋ ਇਜਾਜ਼ਤ, ਆਪਣਾ ਖਿਆਲ ਰੱਖੋ, ਬਹੁਤ ਸ਼ੁਕਰੀਆ, ਖੁਦਾ ਹਾਫਿਜ਼।